जिहड़े साडे आउटसोर्स ते मुलाजम ने ड्राइवर ते कंडक्टर इन्हां दी पिछले समय तो जिहड़ी डिमांड सी कि 5% साल बाद जिहड़ी इन्हां दी तनखाह दे विच वाधा होणा ते उहदे ते साडे जिहड़े अधिकारी उह पहलां ही काम कर रहे सन ते लागू ते करना ही सी क्योंकि इह रूल पास होया। उहदे बाद इक इन्हां दी मंग सी कि जिहड़े साडे डिपार्टमेंट दे विचों ब्लैकलिस्ट होए आ कामे विचों उहनां नूं थोड़ी छूट दित्ती जावे। उहदे विच वन टाइम सैटलमेंट दे विच ਜਿਵੇਂ ਜਿਨ੍ਹਾਂ ਦੀ ਬਲੈਕਲਿਸਟ ਹੋਏ ਸਨ ਜਿਹੜੇ ਪੁਰਾਣੇ ਕਾਮੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਮੌਕਾ ਦੇਤਾ 15 ਲੀਟਰ ਡੀਜ਼ਲ ਤੱਕ 400 ਰੁਪਏ ਤੱਕ ਕਿ ਜਿਹੜੇ ਬਲੈਕਲਿਸਟ ਹੋਏ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਉਹਦੇ ਤੇ ਵੀ ਜਿਹੜਾ ਰੂਟੀਨ ਦੇ ਵਿੱਚ ਕੰਮ ਚੱਲ ਰਿਹਾ ਸੀ ਜਿਹੜਾ ਕਿ ਪਿਛਲੇ 1.5-2 ਮਹੀਨਿਆਂ ਦੇ ਵਿੱਚ 100 ਦੇ ਕਰੀਬ ਉਹ ਵੀ ਜਿਹੜੇ ਆ ਰੂਟ ਤੇ ਚੜਾਏ ਗਏ ਆ ਤੇ 1 ਸਾਲ ਦੇ ਵਿੱਚ ਵਿੱਚ 300 ਦੇ ਕਰੀਬ ਮੁਲਾਜ਼ਮ ਜਿਹੜੇ ਆਫ ਰੂਟ ਹੋਏ ਸਨ ਉਹ ਰੂਟ ਤੇ ਕੀਤੇ ਆ ਤੇ ਜਿਹੜਾ ਇਹ ਵੀ 1 ਮਹੀਨੇ ਤੱਕ ਜਿਹੜਾ ਇਹਨਾਂ ਦੇ ਤਨਖਾਹ ਦੇ ਵਾਧੇ ਵਾਲਾ 5% ਵਾਲਾ ਉਹ ਵੀ 1 ਮਹੀਨੇ ਤੱਕ ਇਹਨਾਂ ਨੂੰ ਦੇ ਦਿੱਤਾ ਜਾਵੇਗਾ। ਤੇ ਜਿਹੜੀ ਇਹ ਹੜਤਾਲ ਕਰਦੇ ਆ ਮੈਂ ਤੇ ਇਹਨਾਂ ਨੂੰ ਬੇਨਤੀ ਕਰੂੰਗਾ ਆਪਦੇ ਵੀਰਾਂ ਨੂੰ ਕਿ ਜਿਹੜੀ ਜੈਨੂਅਨ ਮੰਗ ਆ ਤੇ ਤੁਹਾਡੀ ਜਾਇਜ਼ ਮੰਗ ਆ ਉਹ ਸਾਡੇ ਨਾਲ ਆ ਕੇ ਬੈਠ ਕੇ ਗੱਲ ਕਰ ਲਿਆ ਕਰੋ। ਜਾਇਜ਼ ਮੰਗ ਤੇ ਅਸੀਂ ਪਹਿਲਾਂ ਹੀ ਇਹ ਜਿਹੜੀਆਂ ਇਹਨਾਂ ਦੀਆਂ ਮੰਗਾਂ ਸਨ ਇਹਨਾਂ ਤੇ ਸਾਡਾ ਵਿਭਾਗ ਪਹਿਲਾਂ ਹੀ ਕੰਮ ਕਰ ਰਿਹਾ ਸੀ ਤੇ ਕੰਮ ਤੇ ਵੈਸੇ ਹੀ ਹੋ ਜਾਣਾ ਸੀ ਰੂਟੀਨ ਦੇ ਵਿੱਚ ਹੀ ਤੇ ਹੁਣ ਇਹਨਾਂ ਨੇ ਹੜਤਾਲ ਜਿਹੜੀ ਆ ਉਹ ਖਤਮ ਕਰਨ ਦਾ ਕਹਿਤਾ। ਬਾਕੀ ਮੈਂ ਹਰ ਅਦਾਰੇ ਦੇ ਜਿਹੜੇ ਸਾਡੇ ਮੁਲਾਜ਼ਮ ਨੇ ਭਾਵੇਂ ਆਊਟਸੋਰਸ ਤੇ ਆ ਕੰਟਰੈਕਟ ਤੇ ਆ ਰੈਗੂਲਰ ਆ ਜੇ ਕੋਈ ਹੜਤਾਲ ਕਰਦੇ ਹੜਤਾਲ ਤੋਂ ਪਹਿਲਾਂ ਬਹਿ ਕੇ ਸਾਡੇ ਨਾਲ ਰਾਇ ਮਸ਼ਵਰਾ ਕਰ ਲੈਣ। ਜਿਹੜੀ ਜੈਨੂਅਨ ਮੰਗ ਆ ਜਿਹੜੀ ਜਾਇਜ਼ ਮੰਗ ਆ ਉਹ ਤੇ ਅਸੀਂ ਪੂਰੀ ਕਰ ਦਿੰਦੇ ਹਾਂ। ਕਈ ਸਾਡੇ ਭਰਾ ਇਹ ਵੀ ਕਹਿ ਦਿੰਦੇ ਆ ਕਿ ਸਾਨੂੰ ਪੱਕੇ ਕਰੋ। ਜਿਹੜੇ ਆਊਟਸੋਰਸ ਦੇ ਬੰਦੇ ਕੋਈ ਪਾਲਿਸੀ ਨਹੀਂ ਹੈਗੀ ਪੱਕੇ ਕਰਨ ਦੀ ਉਹਨਾਂ ਦੀ, ਆਊਟਸੋਰਸ ਤੋਂ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਕੰਟਰੈਕਟ ਤੇ ਜਾਂ ਲੈਣ ਦੀ ਕੋਈ ਬੇਨਤੀ ਕਰ ਸਕਦੇ ਹਾਂ ਆਪਾਂ ਮੁੱਖ ਮੰਤਰੀ ਸਾਹਿਬ ਨੂੰ। ਪਰ ਜਿਹੜੀ ਆਪਾਂ ਕਹਿ ਦਿੰਦੇ ਹਾਂ ਆਊਟਸੋਰਸ ਤੋਂ ਸਿੱਧੇ ਸਾਨੂੰ ਪੱਕੇ ਕਰੋ, ਇਹ ਤਾਂ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਵੀ ਆਊਟਸੋਰਸ ਤੋਂ ਰੈਗੂਲਰ ਕੋਈ ਵੀ ਮੁਲਾਜ਼ਮ ਨਹੀਂ ਹੋ ਸਕਦਾ।